ਲੁਧਿਆਣਾ ਦਾ ਰੇਲਵੇ ਸਟੇਸ਼ਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈਗਾ। ਦਰਅਸਲ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਅੱਜ ਸਵੇਰੇ ਤੜਕੇ 4 ਵਜੇ ਦੇ ਕਰੀਬ ਕਰੀਬ ਇੱਕ 2 ਮਹੀਨੇ ਦੀ ਬੱਚੀ ਜਿਹੜੀ ਹੈ, 2 ਤੋਂ 3 ਮਹੀਨੇ ਦੀ ਜਿਹੜੀ ਬੱਚੀ ਹੈ, ਉਸ ਨੂੰ ਚੋਰੀ ਕਰ ਲਿੱਤਾ ਗਿਆ ਵਾ। ਬਿਲਕੁਲ ਚੋਰੀ ਕਰ ਲਿੱਤਾ ਗਿਆ ਵਾ। ਦਰਅਸਲ ਉਸਦੇ ਮਾਂ ਬਾਪ ਵੈਸ਼ਨੋ ਦੇਵੀ ਤੋਂ ਆਏ ਸੀਗੇ, ਦੇਰ ਰਾਤ ਉਹ ਲੁਧਿਆਣਾ ਸਟੇਸ਼ਨ ਦੇ ਉੱਤਰੇ ਸੀਗੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸੁਰੱਖਿਆ ਨੂੰ ਦੇਖਦੇ ਹੋਏ ਦੇਰ ਰਾਤ ਉਹਨਾਂ ਨੇ ਆਪਣੇ ਘਰ ਜਾਣ ਦੀ ਬਜਾਏ ਉਹਨਾਂ ਨੇ ਸਟੇਸ਼ਨ ਦੇ ਉੱਤੇ ਹੀ ਇੱਥੇ ਸੋਨਾ ਵਾਜਿਦ ਸਮਝਿਆ। ਤਸਵੀਰਾਂ ਮੈਂ ਸਭ ਤੋਂ ਪਹਿਲਾਂ ਦਿਖਾ ਦੇਣਾ ਚਾਹੁੰਦਾ ਵਾਂ ਕਿ ਇਹੀ ਉਹ ਜਗ੍ਹਾ ਵਾ ਜਿਸ ਜਗ੍ਹਾ ਦੇ ਉੱਤੇ ਉਹ ਪਰਿਵਾਰ, ਜਿਹੜਾ ਕਿ ਕਿਹਾ ਜਾ ਰਿਹਾ ਕਿ 8 ਤੋਂ 10 ਜਣੇ ਸੀਗੇ, ਜਿਹੜੇ ਕਿ ਪੂਰੇ ਪੂਰੇ ਗਰੁੱਪ ਸੀਗਾ, ਔਰ ਵੈਸ਼ਨੋ ਦੇਵੀ ਉਹ ਮੱਥਾ ਟੇਕਣ ਗਏ ਸੀਗੇ ਅਤੇ ਉੱਥੋਂ ਵਾਪਸ ਆਏ ਸੀਗੇ। ਦੇਰ ਰਾਤ ਆਉਣ ਦੀ ਵਜ੍ਹਾ ਕਰਕੇ ਉਹ ਇੱਥੇ ਹੀ ਸੋ ਗਏ ਅਤੇ ਉਹਨਾਂ ਦਾ 3 ਮਹੀਨੇ ਦੀ ਜਿਹੜੀ ਬੱਚੀ ਹੈਗੀ ਹੈ ਉਸ ਨੂੰ ਚੋਰੀ ਕਰ ਲਿੱਤਾ ਜਾਂਦਾ। ਗੁੜੀਆ ਖੋ ਗਈ। ਕਿੰਨੇ ਸਾਲ ਕੀ? 7-8 ਮਹੀਨੇ 7 ਮਹੀਨੇ 7 ਮਹੀਨੇ ਕੀ? ਕਹਾਂ ਸੇ ਆਏ ਥੇ, ਕੈਸੇ ਖੋ ਗਈ, ਕਿਆ ਹੁਆ ਥਾ, ਸਾਰਾ ਬਤਾਓ। ਵੈਸ਼ਨੋ ਮਾਤਾ ਗਏ ਥੇ। ਅੱਛਾ। ਉਧਰ ਸੇ ਰਿਟਰਨ ਆਏ ਥੇ। ਅੱਛਾ। ਉਹ ਥੱਕੇ ਹੋਏ ਥੇ ਤੋ ਲੇਟ ਗਏ। ਲੇਟਨੇ ਕੇ ਬਾਅਦ ਸਫਾਈ ਵਾਲਾ ਆਇਆ, ਜਗਾ ਰਹੇ, ਨੀਂਦ ਪੂਰੀ ਖੁਆ ਕੇ ਗੁੜੀਆ ਨੇ। ਅੱਛਾ। ਘਰ ਕਿਉਂ ਨਹੀਂ ਗਏ ਫਿਰ ਰਾਤ ਕੋ? ਥੱਕੇ ਹੋਏ ਥੇ, ਬੱਚੇ ਵੀ ਬਹੁਤ ਜ਼ਿਆਦਾ ਥੱਕੇ ਹੋਏ ਥੇ, ਤੋ 1 ਘੰਟਾ ਬਾਅਦ ਚਲੇ ਜਾਏਂਗੇ। ਅੱਛਾ। ਕਿੰਨੇ ਲੋਕ ਥੇ ਆਪ ਲੋਗ? 11-12 ਆਦਮੀ ਥੇ। 5 ਬੱਚੇ ਥੇ। ਮੰਮੀ ਬਹਿਨ ਭਾਈ। ਤੋ ਕੈ ਕਬ ਮਤਲਬ ਕਿ ਕੈਸੇ ਪਤਾ ਲਗਾ? ਆਪ ਸੋਏ ਹੋਏ ਥੇ, ਕਿਆ ਹੁਆ? ਝਾੜੂ ਵਾਲੇ ਅੰਕਲ ਆਏ, ਜਵਾ ਗਏ ਕਿ ਯਹਾਂ ਜਾ ਉਠਾਓ, ਤੋ ਦੇਖ ਰਹੇ ਹੈ ਗੁੜੀਆ ਹੀ ਨਹੀਂ। ਆਪ ਸੋਏ ਹੋਏ ਥੇ ਉਸ ਸਮੇਂ? ਹਾਂ। ਔਰ ਮਾਤਾ ਬੱਚੀ ਦੀ ਮਾਂ? ਉਹ ਜਗ ਰਹੀ ਥੀ। ਅੱਛਾ। ਬੋਲੀ ਕਿ ਹਮ ਦੁੱਧ ਪਿਲਾ ਕੇ ਯਹਾਂ ਬੀਚ ਮੇਂ ਲੇਟ ਆਏ ਹੈ। ਉਸਕੇ ਬਾਅਦ 5-10 ਮਿੰਟ ਮੇਂ ਉਸਕੀ ਆਂਖ ਲੱਗ ਗਈ। ਉਤਨੇ ਦੇਰ ਬਾਅਦ ਝਾੜੂ ਵਾਲੇ ਆਏ ਔਰ ਦੇਖ ਰਹੇ ਤੋ ਬੱਚੀ ਨਹੀਂ। ਤੋ ਪੁਲਿਸ ਕੰਪਲੇਂਟ ਕਰ ਦੀ? ਪੁਲਿਸ ਕੰਪਲੇਂਟ ਕਰਵਾਈ। ਅੱਛਾ। ਤੋ ਅਬ ਕਹਾਂ ਕਹਾਂ ਢੂੰਢ ਰਹੇ ਹੋ, ਕਹਾਂ ਕਹਾਂ ਜਾ ਕਰ ਆ ਰਹੇ ਹੋ? ਅਭੀ ਤੋ ਸਰ ਲੋਗ ਢੂੰਢ ਰਹੇ ਹੈ ਕੈਮਰੇ ਨੂੰ। ਕਿਆ ਚਾਹਤੇ ਹੈ ਆਪ? ਬੱਚੇ ਹਮਾਰੇ ਮਿਲ ਜਾਏ। ਕਰਤੇ ਕਿਆ ਹੋ? ਸਰ ਨੌਕਰੀ ਕਰਨਾ। ਪ੍ਰਾਈਵੇਟ। ਬੱਚੇ ਕਿੰਨੇ ਆਪਕੇ? 3 ਬੱਚੇ। ਇੱਕ ਹੀ ਬੱਚੇ? 3 3। ਕਿਤਨੀ ਦੇਰ ਤੋਂ ਰਹੇ? ਅੱਛਾ। ਕਿਤਨੀ ਦੇਰ ਸਟੇਸ਼ਨ ਪਰ ਰਹੇ ਥੇ ਆਪ? ਜੋ 3-3.5 ਘੰਟੇ ਕਰੀਬ ਰਹੇ। ਉਸੇ ਦੌਰਾਨ ਇਹ ਹਾਦਸਾ ਹੋਇਆ? ਹਾਂ। ਹਾਂਜੀ ਸਰ, ਕੀ ਨਾਮ? ਮੇਰਾ ਨਾਮ ਸਤੀਸ਼ ਕੁਮਾਰ ਹੈ, ਸਹੀ ਥਾਣਾ GRB ਲੁਧਿਆਣਾ। ਅੱਛਾ। ਅੱਜ ਕੀ ਮਾਮਲਾ ਸਰ? ਸਰ ਇਹ ਮਾਮਲਾ ਹੈ ਵੀ ਅੱਜ ਸਾਨੂੰ ਸੂਚਨਾ ਮਿਲੀ ਵੀ ਚੰਦਨ ਕੁਮਾਰ ਵਾਸੀ ਕਾਕਾ ਪਿੰਡ ਲੁਧਿਆਣਾ ਨੇ ਆਪਣੇ 10 ਪਰਿਵਾਰਕ ਮੈਂਬਰਾਂ ਸਮੇਤ ਰੇਲਵੇ ਸਟੇਸ਼ਨ ਵੈਸ਼ਨੋ ਦੇਵੀ ਕਟੜਾ ਤੋਂ ਰੇਲਵੇ ਸਟੇਸ਼ਨ ਲੁਧਿਆਣਾ ਤੱਕ ਪਹੁੰਚੇ ਸੀ। ਹੇਮਕੁੰਟ ਐਕਸਪ੍ਰੈਸ ਰਾਹੀਂ ਸਫ਼ਰ ਕੀਤਾ ਅਤੇ ਸਫ਼ਰ ਕਰਨ ਤੋਂ ਬਾਅਦ ਟ੍ਰੇਨ 2 ਵਜੇ ਪਹੁੰਚੀ ਹੈ। 2 ਵਜੇ ਪਹੁੰਚਣ ਤੋਂ ਬਾਅਦ ਇਹ ਸਾਰੇ ਮੈਂਬਰ ਆਪਣੇ ਬੱਚਿਆਂ ਸਮੇਤ ਵੇਟਿੰਗ ਹਾਲ ਸੋ ਗਏ ਜੀ। ਅਤੇ ਇਹਨਾਂ ਦੀ ਬੱਚੀ ਇੱਕ 7 ਮਹੀਨੇ ਦੀ ਜਿਹੜੀ ਖੁਸ਼ੀ ਪਟੇਲ, ਉਹ ਵੀ ਇਹਨਾਂ ਦੇ ਆਪਣੇ ਨਾਲ ਹੀ ਸੁਲਾ ਲਈ ਅਤੇ ਸਾਰੇ 10 ਦੇ 10 ਮੈਂਬਰ ਹੀ ਸੋ ਗਏ ਅਤੇ ਇਹਨਾਂ ਨੇ ਬਾਅਦ 4:30 ਵਜੇ ਉੱਠ ਇਹਨਾਂ ਦੀ ਮਾਤਾ ਨੇ ਉਹਨੂੰ ਦੁੱਧ ਚੰਘਾਇਆ, ਉਹਦੇ ਬਾਅਦ ਫਿਰ ਉਹ ਸੋ ਗਈ ਅਤੇ 5 ਵਜੇ ਇਹਨਾਂ ਨੇ ਉੱਠ ਕੇ ਦੇਖਿਆ ਵੀ ਸਾਡੀ ਬੱਚੀ ਨਹੀਂ ਹੈ। ਉਦੋਂ ਬਾਅਦ ਇਹਨਾਂ ਨੇ ਉੱਥੋਂ ਸੂਚਨਾ ਸਾਰੀ GRP ਨੂੰ ਦਿੱਤੀ, ਉਸ ਤੋਂ ਬਾਅਦ ਹੀ ਪੁਲਿਸ ਪਾਰਟੀ ਨੇ ਇਹਦੇ ਸੰਬੰਧ 'ਚ ਮੁਕੱਦਮਾ ਦਰਜ ਕਰਕੇ ਅਤੇ 5 ਪੁਲਿਸ ਪਾਰਟੀਆਂ ਅਲੱਗ ਅਲੱਗ ਦਿਸ਼ਾ 'ਚ ਭੇਜੀਆਂ ਨੇ ਅਤੇ ਸਾਰੇ ਸਟੇਸ਼ਨ ਦੇ ਅਤੇ ਸ਼ਹਿਰ ਦੇ ਆਸ ਪਾਸ ਦੇ CCTV ਕੈਮਰੇ ਚੈੱਕ ਕਰ ਰਹੇ ਹਾਂ ਅਤੇ ਸਿਟੀ ਸਾਹਿਬ ਸੈਂਟਰ ਵੀ ਉੱਥੇ ਟੀਮ ਭੇਜੀ ਹੋਈ ਆ। ਟੋਟਲ 5 ਟੀਮਾਂ ਬਣਾਈਆਂ ਹੋਈਆਂ ਨੇ ਅਲੱਗ ਅਲੱਗ ਦਿਸ਼ਾ 'ਚ। ਬੱਚੀ ਮਿਲ ਜਾਊ ਜਲਦੀ? ਬੱਚੀ ਦੀ ਜਿਹੜੀ ਭਾਲ ਜਾਰੀ ਹੈ।